ਹੈਲੋ ਐਵਰੀਵਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਬ੍ਰਾਈਟ ਪੰਜਾਬ 'ਤੇ। ਜਿਹੜੇ ਵੀ ਦੋਸਤ ਆਪਣੇ ਪੰਜਾਬੀ ਮਾਸਟਰ ਖੇਡਰ ਅਤੇ ETT ਪੰਜਾਬੀ ਪੇਪਰ ਏ ਦੀ ਤਿਆਰੀ ਕਰ ਰਹੇ ਹਨ, ਉਹਨਾਂ ਲਈ ਵੀਡੀਓਜ਼ ਬਹੁਤ ਹੈਲਪਫੁਲ ਰਹਿਣਗੇ। ਅੱਜ ਦਾ ਆਪਣਾ ਟੋਪਿਕ ਹੈ ਦੀਵਾਨ ਸਿੰਘ ਕਾਲੇਪਾਣੀ, ਤਾਂ ਇਹਨਾਂ ਦੇ ਵਿੱਚੋਂ ਕੁਐਸਚਨ ਕਰਾਂਗੇ। ਪਹਿਲਾ ਪ੍ਰਸ਼ਨ ਆਪਣਾ, ਦੀਵਾਨ ਸਿੰਘ ਕਾਲੇਪਾਣੀ ਦਾ ਜਨਮ ਕਦੋਂ ਹੋਇਆ ਸੀ ਅਤੇ ਕਿੱਥੇ ਹੋਇਆ ਸੀ, ਇਹ ਵੀ ਤੁਸੀਂ ਦੱਸ ਸਕਦੇ ਹੋ। ਆਪਸ਼ਨ ਤੁਹਾਡੇ ਸਾਹਮਣੇ ਨੇ 1897, 1895, 1885 ਜਾਂ 1899। 1885 ਦੇ ਵਿੱਚ ਤਾਂ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਹੋਇਆ ਸੀ, ਹੈ ਨਾ, ਪ੍ਰੋਫੈਸਰ ਪੂਰਨ ਸਿੰਘ ਦਾ। ਪਰ ਜਿਹੜਾ ਦੀਵਾਨ ਸਿੰਘ ਕਾਲੇਪਾਣੀ ਦਾ 1897 ਮਿਲਦਾ ਜਨਮ, ਜਾਂ ਕਿਤੇ ਕਿਤੇ 1894 ਵੀ ਮਿਲਦਾ ਲਿਖਿਆ ਹੋਇਆ, ਇਹ ਤੁਸੀਂ ਯਾਦ ਦੇ ਵਿੱਚ ਰੱਖੋਗੇ। 1895 ਵਿੱਚ ਵੀ ਕਿਸੇ ਦਾ ਜਨਮ ਹੋਇਆ ਸੀ, ਇਹ ਲੇਖਕ ਤੁਹਾਡੇ ਗੁਰਬਖਸ਼ ਸਿੰਘ ਪ੍ਰੀਤਲੜੀ ਹੈ। ਜੇਕਰ ਇਹੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਕਿ ਕਿਸ ਦਾ ਹੋਇਆ ਸੀ ਜਨਮ 1895 ਦੇ ਵਿੱਚ। ਨੈਕਸਟ ਹੈ, ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦਾ ਜਨਮ ਕਿੱਥੇ ਹੋਇਆ ਸੀ, ਹੁਣ ਜਗ੍ਹਾ ਉਹਨਾਂ ਪੁੱਛੀ ਹੈ, ਕਿਹੜੇ ਸ਼ਹਿਰ ਕਿਹੜੀ ਜਗ੍ਹਾ 'ਤੇ ਹੋਇਆ ਸੀ। ਆਪਸ਼ਨ ਨੇ ਸਿਆਲਕੋਟ, ਰਾਵਲਪਿੰਡੀ, ਅੰਮ੍ਰਿਤਸਰ ਜਾਂ ਲਾਹੌਰ। ਤਾਂ ਇਹਨਾਂ ਦਾ ਜਨਮ ਹੋਇਆ ਸੀ ਸਿਆਲਕੋਟ ਦੇ ਵਿੱਚ। ਇਹਨਾਂ ਦੇ ਪਿਤਾ ਦਾ ਨਾਮ ਕੀ ਸੀ, ਡਾਕਟਰ ਦੀਵਾਨ ਸਿੰਘ ਦੇ ਪਿਤਾ ਦਾ ਨਾਮ ਸੀ ਸੁੰਦਰ ਸਿੰਘ। ਜਿਹੜਾ ਇਹਨਾਂ ਦਾ ਜਨਮ ਹੋਇਆ ਸੀ ਨਾ ਸਿਆਲਕੋਟ, ਪਿੰਡ ਕਿਹੜਾ ਸੀ, ਗਲੋਟੀਆਂ ਖੁਰਦ, ਗਲੋਟੀਆਂ ਖੁਰਦ। ਇੱਥੇ ਜਿਹੜੀ ਤਹਿਸੀਲ ਸੀ ਉਹ ਡਸਕਾ ਤਹਿਸੀਲ ਨਾਮ ਕਰਕੇ ਯਾਦ ਰੱਖੋਗੇ, ਡਸਕਾ। ਨੈਕਸਟ ਪ੍ਰਸ਼ਨ 'ਤੇ ਚੱਲਦੇ ਆਪਾਂ, ਦੀਵਾਨ ਸਿੰਘ ਕਾਲੇਪਾਣੀ ਨੇ ਕੁੱਲ ਕਿੰਨੇ ਸੰਗ੍ਰਹਿ ਲਿਖੇ ਸੀ। ਆਪਸ਼ਨ ਤੁਹਾਡੇ ਸਾਹਮਣੇ ਨੇ, 3, 5, 7 ਜਾਂ ਫਿਰ 9। ਇਹਨਾਂ ਨੇ 3 ਲਿਖੇ ਸੀ ਕਾਵਿ ਸੰਗ੍ਰਹਿ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੇ। ਪਹਿਲਾ ਕਿਹੜਾ ਸੀ, ਵਗਦੇ ਪਾਣੀ। ਅੰਤਿਮ ਲਹਿਰਾਂ ਤੋਂ ਜਿਹੜਾ ਹੈ ਮੌਤ ਤੋਂ ਕਿੰਨੇ ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ, ਮੌਤ ਤੋਂ ਪੁੱਛਿਆ ਇਹਨਾਂ ਨੇ ਬਾਅਦ ਵਿੱਚ ਕਿੰਨੇ ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ ਅੰਤਿਮ ਲਹਿਰਾਂ। ਆਪਸ਼ਨ ਨੇ ਤੁਹਾਡੇ ਸਾਹਮਣੇ, 15 ਸਾਲ, 18 ਸਾਲ, 20 ਸਾਲ ਜਾਂ 22 ਸਾਲ। ਇਹਦਾ ਕਰੈਕਟ ਆਂਸਰ ਹੋ ਜਾਏਗਾ 18 ਸਾਲ। ਅੰਤਿਮ ਲਹਿਰਾਂ ਜਿਹੜਾ ਹੈਗਾ ਨਾ, ਇਹ 18 ਸਾਲ ਦੇ ਬਾਅਦ ਪ੍ਰਕਾਸ਼ਿਤ ਹੋਇਆ ਅਤੇ 1962 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹ ਵੀ, 1962 ਦੇ ਵਿੱਚ। ਇਹਦੇ ਵਿੱਚ ਕਵਿਤਾਵਾਂ ਆ ਗਈਆਂ ਜਿਵੇਂ ਕਿ ਸੰਗਲੀ ਬੱਧਾ ਕੁੱਤਾ, ਸੂਰ, ਹੋਰ ਆ ਗਈ ਉਹ ਹੈ, ਹੋਰ ਬੁੱਧ ਜੀ ਨੂੰ, ਇਹ ਇੰਪੋਰਟੈਂਟ ਹੈ ਬੁੱਧ ਜੀ ਨੂੰ, ਇਹ ਪ੍ਰਸ਼ਨਮੂਲਕ ਸ਼ੈਲੀ ਦੇ ਵਿੱਚ ਮਿਲਦੀ ਹੈ ਨਾ, ਤਾਂ ਕਰਕੇ ਇੰਪੋਰਟੈਂਟ ਹੈ। ਤਾਂ ਇਸ ਤਰ੍ਹਾਂ ਇਹਦੇ ਵਿੱਚ ਅੰਤਿਮ ਲਹਿਰਾਂ ਦੇ ਵਿੱਚ ਕਵਿਤਾਵਾਂ ਮਿਲਦੀਆਂ ਨੇ। ਨੈਕਸਟ ਪ੍ਰਸ਼ਨ 'ਤੇ ਚੱਲਦੇ ਆਪਾਂ, ਮੱਲਿਆਂ ਦੇ ਬੇਰ ਹੈ ਜਿਹੜਾ ਮੌਤ ਤੋਂ ਕਿੰਨੇ ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ, ਇਹ ਮੌਤ ਤੋਂ 42 ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ ਮੱਲਿਆਂ ਦੇ ਬੇਰ। ਜਿਹੜੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਸੀ ਨਾ, ਇਹਨਾਂ ਨੂੰ ਸ਼ਹੀਦ ਕਿਹਨਾਂ ਨੇ ਕੀਤਾ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਣੇ ਜਿਹੜੇ ਜਪਾਨੀ ਸੀ ਨਾ, ਇਹ ਚਾਹੁੰਦੇ ਸੀ ਕਿ ਜਿਹੜੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨਾ, ਰੇਡੀਓ 'ਤੇ ਪੈਨਾਗ ਨਾਂ ਦਾ ਸਟੇਸ਼ਨ ਸੀ ਉਹਦੇ 'ਤੇ ਬਰਤਾਨਵੀਆਂ ਦੇ ਖਿਲਾਫ ਬੋਲਣ, ਕਿ ਉਹਨਾਂ ਨੂੰ ਕਹਿਣ ਕਿ ਇਹਨਾਂ ਦਾ ਜਸੂਸ ਹੈ ਡਾਕਟਰ ਦੀਵਾਨ ਸਿੰਘ। ਪਰ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੇ ਇੱਦਾਂ ਦਾ ਕੁਝ ਨਹੀਂ ਕਰਿਆ ਸੀ, ਇਸ ਕਰਕੇ ਉਹਨਾਂ ਨੂੰ ਸਜ਼ਾ 'ਤੇ ਸ਼ਹੀਦ ਕਰ ਦਿੱਤਾ ਸੀ। 1943 ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ, 1943 ਦੇ ਵਿੱਚ ਗ੍ਰਿਫਤਾਰ ਅਤੇ 44 ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਉਹਨਾਂ ਨੇ ਜਪਾਨੀਆਂ ਨੇ। ਮੱਲਿਆਂ ਦੇ ਬੇਰ ਦੇ ਬਾਰੇ ਆਪਾਂ ਗੱਲ ਕਰਦੇ ਪਏ ਨਾ, ਇਹਦੇ ਵਿੱਚ ਇਹ 42 ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ, ਅਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਵਿਤਾਵਾਂ ਸੀ, ਮੱਲਿਆਂ ਦੇ ਬੇਰ, ਆਨੰਦਪੁਰੀ, ਅਕਾਲੀ ਨੂੰ, ਮੇਰੀ ਦੁਨੀਆ, ਅਤੇ ਹੋਰ ਕਿਹੜੀ, ਹਨੇਰੀ। ਹਨੇਰੀ ਜਿਹੜੀ ਇਹ ਕਵਿਤਾ ਹੈ ਨਾ, ਇਹ ਵਗਦੇ ਪਾਣੀ ਦੇ ਵਿੱਚ ਪਹਿਲਾਂ ਛਪੀ ਸੀ, ਅਧੂਰੀ ਉਹਦੇ ਵਿੱਚ ਛਪੀ ਸੀ, ਅਤੇ ਇਹਦੇ ਵਿੱਚ ਪੂਰਨ ਤੌਰ 'ਤੇ ਛਾਪਿਆ ਸੀ, ਪੂਰੀ ਕਰਕੇ ਪੂਰਨ ਇਹਦੇ ਵਿੱਚ ਕੀਤਾ ਸੀ, ਇਹ ਵੀ ਤੁਸੀਂ ਯਾਦ ਰੱਖੋਗੇ। ਜਿਹੜੀ ਅਕਾਲੀ ਨੂੰ ਹੈ ਨਾ, ਇਹ ਧਰਮ ਨਿਰਪੇਖ ਅਤੇ ਸੱਚੇ ਸੁੱਚੇ ਇਨਸਾਨ ਦੇ ਬਾਰੇ ਇਹਦੇ ਵਿੱਚ ਦਰਸ਼ਨ ਹੁੰਦੇ ਨੇ। ਅੱਗੇ ਦੇਖਦੇ ਆਪਾਂ, ਦੀਵਾਨ ਸਿੰਘ ਕਾਲੇਪਾਣੀ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਹੈ, ਇਹ ਬਹੁਤ ਇੰਪੋਰਟੈਂਟ ਹੈ, ਬੜਿਆਂ ਵਾਰੀ ਐਗਜ਼ਾਮ ਦੇ ਵਿੱਚ ਪੁੱਛਦੇ ਨੇ, ਵਗਦੇ ਪਾਣੀ।
ਅੰਤਿਮ ਲਹਿਰਾਂ ਤਾਂ ਬਾਅਦ 'ਚ ਆਏ ਨੇ ਮੱਲਿਆਂ ਦੇ ਪੇੜ 'ਤੇ, ਇਹ ਜਿਉਂਦੇ ਜੀ ਛਪਿਆ ਸੀ ਨਾ 1938 ਦੇ ਵਿੱਚ। ਬਾਕੀ ਕੀ ਦੋਨੋਂ ਜਿਹੜੇ ਦੋਨੋਂ ਹੀ ਨੇ ਨਾ ਇਹ ਮੌਤ ਉਪਰੰਤ ਜਾਂ ਸ਼ਹੀਦੀ ਤੋਂ ਬਾਅਦ ਛਪੇ ਸੀ ਇਹਨਾਂ ਦੇ। 1938 ਦੇ ਵਿੱਚ ਇਹਨਾਂ ਦਾ ਮੱਲਿਆਂ ਵਗਦੇ ਪਾਣੀ ਛਪਿਆ ਸੀ, ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਕਹਿ ਸਕਦੇ ਆਪਾਂ, ਪਹਿਲਾ ਕਾਵਿ ਸੰਗ੍ਰਹਿ ਜਿਹੜਾ ਵਗਦੇ ਪਾਣੀ ਨਾ 1938 ਦੇ ਵਿੱਚ। ਯਾਦ ਰੱਖੋਗੇ ਇਹਦਾ ਈਅਰ ਵੀ, ਇਹਦਾ ਸੰਨ ਵੀ ਯਾਦ ਰੱਖੋਗੇ। ਅਤੇ ਇਹਦੇ ਵਿੱਚ ਹੋਰ ਕੀ ਹੈ, ਕੋਹਲੂ ਨਾਂ ਦੀ ਕਵਿਤਾ ਹੈਗੀ ਸੀ ਇੱਕ, ਕੋਹਲੂ ਨਾਂ ਦੀ ਕਵਿਤਾ ਤੋਂ ਸੁਣੀ ਹੋਣੀ ਹੈ, ਕੋਹਲੂ ਨਾਂ ਦੀ। ਇਹਨੂੰ ਹਟਾ ਦਿੱਤਾ ਗਿਆ ਸੀ ਕਲਾਸ ਦੇ ਵਿੱਚੋਂ, ਪਾਠਕ੍ਰਮ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ। ਇੱਕ ਹੋਰ ਜਿਹੜੀ ਲੰਬੀ ਕਵਿਤਾ ਸੀ ਨਾ ਹਨੇਰੀ, ਇਹਨੂੰ ਅਧੂਰੀ ਛਾਪੀ ਗਈ ਸੀ ਇਹਦੇ ਵਿੱਚ, ਅਤੇ ਮੱਲਿਆਂ ਦੇ ਵੇਰ ਵਿੱਚ ਉਹਨੂੰ ਪੂਰਨ ਤੌਰ 'ਤੇ ਛਾਪਿਆ ਗਿਆ ਸੀ। ਹੋਰ ਇਹਦੇ ਵਿੱਚ ਜਿਹੜੀ ਕਵਿਤਾਵਾਂ ਨੇ ਉਹ ਤੁਸੀਂ ਨੋਟ ਕਰ ਸਕਦੇ ਹੋ, ਬਾਜੀਗਰ ਨੂੰ, ਨਵਾਂ ਮਜ਼ਹਬ, ਪੁਕਾਰ ਮੇਰੇ ਰੱਬ ਦੀ, ਇਹ ਸਾਰੀਆਂ ਇਹਦੇ ਵਿੱਚ ਕਵਿਤਾਵਾਂ ਸੀ। ਅੱਗੇ ਦੇਖਦੇ ਆਪਾਂ, ਜਿਹੜਾ ਕਾਲੇ ਪਾਣੀ ਦਾ ਆਖਰੀ ਕਾਵਿ ਸੰਗ੍ਰਹਿ ਕਿਹੜਾ ਸੀ, ਆਖਰੀ, ਤਾਂ ਇਹਦੇ ਵਿੱਚ ਮੱਲਿਆਂ ਦੇ ਬੇਰੀ ਹੋਏਗਾ ਆਖਰੀ ਕਾਵਿ ਸੰਗ੍ਰਹਿ, ਵਗਦੇ ਪਾਣੀ 1938 ਵਿੱਚ, ਅਤੇ ਮੱਲਿਆਂ ਦੇ ਬੇਰ ਜਿਹੜਾ ਇਹ ਅੰਤਿਮ ਲਹਿਰਾਂ 1962 ਦੇ ਵਿੱਚ ਹੈਗਾ ਸੀ, ਅਤੇ ਮੱਲਿਆਂ ਦੇ ਬੇਰ 1986 ਦੇ ਵਿੱਚ। ਇਹ ਵੀ ਯਾਦ ਰੱਖੋਗੇ 1986 ਅਤੇ ਇਹ 1962 ਦੇ ਵਿੱਚ, ਅਤੇ ਵਗਦੇ ਪਾਣੀ 1938 ਦੇ ਵਿੱਚ। ਇਹ ਸਾਰੇ ਈਅਰ ਯਾਦ ਰੱਖ ਸਕਦੇ ਹੋ। ਆਪਾਂ ਸਾਫ ਸਾਫ ਕਰਕੇ ਦੇਖ ਦਿੰਦੇ ਹਾਂ, ਮੱਲਿਆਂ ਦੇ ਬੇਰ 1986, ਅੰਤਿਮ ਲਹਿਰਾਂ 1962, ਅਤੇ ਵਗਦੇ ਪਾਣੀ 1938। ਇਹ ਸਾਰੀਆਂ ਰਚਨਾਵਾਂ ਕਾਲੇ ਪਾਣੀ ਦੀਆਂ ਸੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਕਿਸ ਪ੍ਰਵਿਰਤੀ ਦੇ ਸੀ, ਪ੍ਰਗਤੀਵਾਦੀ, ਸੁਧਾਰਵਾਦੀ, ਰੋਮਾਂਟਿਕ ਜਾਂ ਧਾਰਮਿਕ? ਤਾਂ ਪ੍ਰਗਤੀ ਇਹਨਾਂ ਨੇ ਕਰੀ ਸੀ ਨਾ, ਅੰਗਰੇਜ਼ਾਂ ਦੇ ਖਿਲਾਫ਼, ਬਰਤਾਨੀਆਂ ਦੇ ਖਿਲਾਫ਼ ਇਹਨਾਂ ਨੇ ਰਚਨਾਵਾਂ ਵੀ ਕਰੀਆਂ ਸੀ, ਉਹਨਾਂ ਦੇ ਖਿਲਾਫ਼ ਲਿਖੀਆਂ ਸੀ, ਤਾਂ ਇਹ ਪ੍ਰਗਤੀਵਾਦੀ ਲੇਖਕ ਹੋ ਗਏ ਨੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਕਿਸ ਦੌਰ ਦੇ ਕਵੀ ਸੀ, ਪਹਿਲੇ, ਦੂਜੇ ਜਾਂ ਤੀਜੇ? ਇਹਨਾਂ ਦੌਰ ਪੁੱਛਿਆ ਕਿਹੜੇ ਦੌਰ ਦੇ ਨੇ, ਇਹ ਆਪਣਾ ਪਹਿਲਾ ਹੀ ਪ੍ਰਸ਼ਨ ਬਣ ਜਾਂਦਾ ਕਈ ਵਾਰ ਐਗਜ਼ਾਮ ਦੇ ਵਿੱਚ, ਪਹਿਲਾ ਮਤਲਬ ਇਹ ਇੰਪੋਰਟੈਂਟ ਕੁਸਚਨ ਹੈ ਨਾ, ਅਤੇ ਇਹ ਦੂਜੇ ਦੌਰ ਦੇ ਕਵੀ ਹੋ ਗਏ। ਦੂਜੇ ਦੌਰ ਦਾ ਜਿਹੜਾ ਪਹਿਲਾ ਕਵੀ ਹੈ ਨਾ ਇਹ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੈ, ਦੂਜੇ ਦੌਰ ਦਾ ਪਹਿਲਾ ਕਵੀ। ਇਹਨਾਂ ਦਾ ਜੀਵਨ ਕਾਲ ਸੀ 1894 ਤੋਂ 1944 ਦੇ ਵਿੱਚ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਸ਼ਹੀਦ ਕਿਸ ਨੇ ਕੀਤਾ ਸੀ? ਅੰਗਰੇਜ਼ਾਂ ਨੇ ਤਾਂ ਨਹੀਂ ਕੀਤਾ ਸੀ, ਲੁਟੇਰਿਆਂ ਨੇ ਵੀ ਨਹੀਂ ਕੀਤਾ ਸੀ, ਜਪਾਨੀਆਂ ਨੇ ਕੈਦ ਕਰਿਆ ਸੀ ਨਾ, ਤਾਂ ਉਹਨਾਂ ਹੀ ਸ਼ਹੀਦ ਕੀਤਾ ਸੀ। 1943 ਦੇ ਵਿੱਚ, 43 ਦੇ ਵਿੱਚ ਕੀਤਾ ਸੀ ਇਹਨਾਂ ਨੂੰ ਕੈਦ, ਅਤੇ 44 ਦੇ ਵਿੱਚ ਇਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀਆਂ ਰਚਨਾਵਾਂ ਦਾ ਜਿਹੜਾ ਕੇਂਦਰ ਹੈ ਉਹ ਕੀ ਹੈ? ਕੇਂਦਰ ਵਿਅੰਗ ਹੈ, ਅਧਿਆਤਮਿਕਤਾ ਹੈ, ਰਾਜਨੀਤਿਕ ਹੈ ਜਾਂ ਵੰਗਾਰ ਹੈ? ਕਰੈਕਟ ਆਨਸਰ ਹੈ ਵੰਗਾਰ, ਇਹਨਾਂ ਦੀ ਰਚਨਾਵਾਂ ਦਾ ਕੇਂਦਰ ਬਿੰਦੂ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਵਿਚਾਰ ਕਿਹਦੇ ਨਾਲ ਮਿਲਦੇ ਹਨ? ਆਪਸ਼ਨ ਨੇ ਰੂਸੋ, ਕਾਰਲਾਈਲ, ਹਾਲ ਜਾਂ ਸ਼ੈਲੇ। ਇਹ ਰੂਸੋ ਨਾਲ ਇਹਨਾਂ ਦੇ ਵਿਚਾਰ ਮਿਲਦੇ ਹਨ, ਰੂਸੋ ਰਾਈਟਰ ਜਿਹੜਾ। ਹਨੇਰੀ ਕਵਿਤਾ ਦੇ ਵਿੱਚ ਕਿਸ ਦੀ ਭਵਿੱਖਬਾਣੀ ਕੀਤੀ ਗਈ ਸੀ? ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ ਜਾਂ ਤੀਸਰੇ ਵਿਸ਼ਵ ਯੁੱਧ? ਤਾਂ ਇਹਦੇ ਵਿੱਚ ਦੂਜੇ ਵਿਸ਼ਵ ਵਰਲਡ ਵਾਰ ਜਿਹੜਾ ਦੂਜਾ ਹੋਇਆ ਸੀ, ਦੂਜੇ ਵਿਸ਼ਵ ਯੁੱਧ ਦੀ ਇਸ ਦਾ ਭਵਿੱਖਬਾਣੀ ਕੀਤੀ ਗਈ ਸੀ ਹਨੇਰੀ ਕਵਿਤਾ ਦੇ ਵਿੱਚ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਗ੍ਰਿਫਤਾਰ ਕਦੋਂ ਕੀਤਾ ਗਿਆ ਸੀ? ਆਪਾਂ ਦੋ ਤਿੰਨ ਵਾਰ ਪੜ੍ਹ ਲਿਆ ਸੀ, 1940, 42, 43 ਜਾਂ 44। ਇਹਦਾ ਕਰੈਕਟ ਆਨਸਰ ਹੈ 1943 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਅਤੇ 44 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਕਿਸ ਲਹਿਰ ਵਿੱਚ ਹਿੱਸਾ ਪਾਇਆ ਸੀ ਇਹਨਾਂ ਨੇ? ਆਪਸ਼ਨ ਨੇ ਸਿੰਘ ਸਭਾ, ਅਕਾਲੀ ਲਹਿਰ,
ਨਾ ਮਿਲਵਰਤਨ ਤਾਂ ਨਾ ਮਿਲਵਰਤਨ ਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ ਸੀ, ਨਾ ਮਿਲਵਰਤਨ ਲਹਿਰ ਦੇ ਵਿੱਚ ਹਿੱਸਾ ਪਾਇਆ ਸੀ। ਡਾਕਟਰ ਦੀਵਾਨ ਸਿੰਘ ਕਾਲੇਬਾਣੀ ਦੀਆਂ ਰਚਨਾਵਾਂ ਦਾ ਵਿਸ਼ਾ ਕੀ ਹੈ? ਅੰਗਰੇਜ਼ੀ ਵਿਦਰੋਹੀ, ਧਾਰਮਿਕ, ਵਹਿਮ ਭਰਮ, ਇਹ ਸਾਰੇ ਸੀ। ਹਾਂ, ਅੰਗਰੇਜ਼ੀ ਵਿਦਰੋਹੀ ਵੀ ਸੀ, ਠੀਕ ਹੈ, ਧਾਰਮਿਕ ਵੀ ਸੀ, ਧਰਮ ਵਹਿਮ ਭਰਮ 'ਤੇ, ਇਹ ਸਾਰੇ ਹੀ ਇਹਦੇ ਵਿੱਚ ਕਰੈਕਟ ਹੋ ਜਾਏਗਾ, ਆਲ ਆਫ ਦੀਜ਼, ਠੀਕ ਹੈ। ਅੱਗੇ ਦੇਖਦੇ ਹਾਂ, ਦੀਵਾਨ ਸਿੰਘ ਕਾਲੇਬਾਣੀ ਨੂੰ ਮੌਤ ਤੋਂ ਬਾਅਦ ਕਿੰਨੇ ਸਾਲ ਬਾਅਦ ਸੁਤੰਤਰਤਾ ਸੈਲਾਨੀ ਘੋਸ਼ਿਤ ਕੀਤਾ ਗਿਆ ਸੀ? ਇੱਕ ਤਾਂ ਸ਼ਹੀਦ ਵੀ ਹੋ ਗਏ ਅਤੇ ਬਾਅਦ 'ਚ ਉਸ ਨੂੰ ਕਿੰਨੇ ਸਾਲ ਬਾਅਦ, ਤੁਸੀਂ ਆਪ ਸੋਚ ਸਕਦੇ ਹੋ, 43 ਸਾਲ ਬਾਅਦ, 43 ਸਾਲ ਬਾਅਦ ਇਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਗਿਆ ਸੀ। ਸੁਤੰਤਰਤਾ ਸੈਲਾਨੀ ਮਤਲਬ ਸੁਤੰਤਰਤਾ ਦੇ ਵਿੱਚ ਇਹਨਾਂ ਦਾ ਵੀ ਹੱਥ ਸੀ। ਇਸ ਤਰ੍ਹਾਂ ਮੇਰੇ ਬੁੱਧ ਜੀ ਨੂੰ ਕਵਿਤਾ ਸ਼ੈਲੀ ਕਿਸ ਵਿੱਚ ਹੈ? ਆਪਸ਼ਨ ਨੇ ਬਿਆਨੀਆਂ, ਪ੍ਰਸ਼ਨਮੂਲਕ ਜਾਂ ਸੰਬੋਧਨੀ। ਕਰੈਕਟ ਆਂਸਰ ਕੀ ਹੋ ਗਿਆ? ਪ੍ਰਸ਼ਨਮੂਲਕ, ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਬੁੱਧ ਜੀ ਨੂੰ ਪ੍ਰਸ਼ਨਮੂਲਕ ਜਿਹੜੀ ਹੈ ਕਵਿਤਾ ਹੈ, ਇਹ ਕਿਹੜੇ ਕਾਵਿ ਸੰਗ੍ਰਹਿ ਦੇ ਵਿੱਚ ਹੈ? ਅੰਤਿਮ ਲਹਿਰਾਂ ਦੇ ਵਿੱਚ, ਅੰਤਿਮ ਲਹਿਰਾਂ ਦੇ ਵਿੱਚ। ਅੱਗੇ ਆਪਣਾ ਪ੍ਰਸ਼ਨ, ਡਾਕਟਰ ਦੀਵਾਨ ਸਿੰਘ ਕਾਲੇਬਾਣੀ ਦੀ ਮੌਤ ਕਦੋਂ ਹੋਈ ਸੀ? ਜਾਂ ਸ਼ਹੀਦ ਮੌਤ ਤਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਸ਼ਹੀਦੀ ਇਹਨਾਂ ਨੇ ਪ੍ਰਾਪਤ ਕੀਤੀ ਸੀ। 1943, 44, 50 ਜਾਂ 45, ਕਿਹੜੀ ਆਪਸ਼ਨ ਇਹਨਾਂ ਦੇ ਵਿੱਚੋਂ? 1944 ਦੇ ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, 14 ਜਨਵਰੀ 1944 ਦੇ ਵਿੱਚ ਸ਼ਹੀਦ ਕੀਤਾ ਗਿਆ। ਡਾਕਟਰ ਦੀਵਾਨ ਸਿੰਘ ਕਾਲੇਬਾਣੀ ਨੂੰ ਕਿਸ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ? ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ? ਇਹਦਾ ਕਰੈਕਟ ਆਂਸਰ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਹੀ ਇਹਨਾਂ ਨੂੰ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਖੁੱਲ੍ਹੀਆਂ ਕਵਿਤਾਵਾਂ ਲਿਖੀਆਂ ਸੀ। ਡਾਕਟਰ ਦੀਵਾਨ ਸਿੰਘ ਕਾਲੇਬਾਣੀ ਦਾ ਜੀਵਨ ਕਾਲ ਕੀ ਸੀ? 1897 ਤੋਂ 1944 ਤੱਕ ਆਪਾਂ ਕਰ ਲਿਆ, 1897 ਮਿਲਦਾ ਕਿਤੇ ਕਿਤੇ, 1894 ਵੀ ਇਹਨਾਂ ਦਾ ਜਨਮ ਸਾਲ ਮਿਲਦਾ, ਅਤੇ ਹੋਇਆ ਕਿੱਥੇ ਸੀ? ਸਿਆਲਕੋਟ ਦੇ ਵਿੱਚ। ਵਗਦੇ ਪਾਣੀ ਕਾਵਿ ਸੰਗ੍ਰਹਿ ਦਾ ਜਿਹੜਾ ਕਦੋਂ ਪ੍ਰਕਾਸ਼ਿਤ? 1938 ਦੇ ਵਿੱਚ। ਅੰਤਿਮ ਲਹਿਰਾਂ 1962 ਦੇ ਵਿੱਚ, ਇਹ ਤੁਹਾਨੂੰ ਯਾਦ ਹੀ ਹੈ ਇਹ ਸਾਰੀਆਂ ਚੀਜ਼ਾਂ ਤਾਂ। ਮੱਲਿਆਂ ਦੇ ਬੇਰ 1986 ਦੇ ਵਿੱਚ। ਅੱਗੇ ਦੇਖਦੇ ਹਾਂ, ਭਾਰਤ ਸਰਕਾਰ ਦੇ ਕਦੋਂ ਸੁਤੰਤਰਤਾ ਜਿਹੜਾ ਸੈਲਾਨੀ ਘੋਸ਼ਿਤ ਕੀਤਾ ਸੀ ਭਾਰਤ ਸਰਕਾਰ ਨੇ ਇਹਨਾਂ ਨੂੰ? ਤਾਂ 1987 ਦੇ ਵਿੱਚ ਇਹਨਾਂ ਸੁਤੰਤਰਤਾ ਸੰਗਰਾਮੀ ਜਿਹੜਾ ਘੋਸ਼ਿਤ ਕੀਤਾ ਸੀ। ਮੇਰਾ ਜੀਵਨ ਮੇਰਾ ਗੀਤ, ਇਹਦੀ ਵਿਧਾ ਕੀ ਹੈ? ਇਹ ਜਿਹੜੀ ਡਾਕਟਰ ਦੀਵਾਨ ਸਿੰਘ ਹੈ ਨਾ, ਇਹਨਾਂ ਦੀ ਇੱਕ ਵਾਰਤਕ ਰਚਨਾ ਹੈ, ਮੇਰਾ ਜੀਵਨ ਵਾਰਤਕ, ਮੇਰਾ ਜੀਵਨ ਮੇਰਾ ਗੀਤ ਇਹਨਾਂ ਦੀ ਵਾਰਤਕ ਹੈ। ਹੁਣ ਡਾਕਟਰ ਦੀਵਾਨ ਸਿੰਘ ਕਾਲੇਬਾਣੀ ਦੇ ਜਿਉਂਦੇ ਜੀ ਕਿੰਨੇ ਕਾਵਿ ਸੰਗ੍ਰਹਿ ਛਪੇ ਸੀ? ਆਪਾਂ ਕਰ ਚੁੱਕੇ ਹਾਂ ਪਹਿਲਾਂ, ਆਪਸ਼ਨ ਨੇ 1, 2, 3 ਜਾਂ 4। ਕਰੈਕਟ ਆਂਸਰ ਕੀ ਹੋਏਗਾ? 1, ਕਿਹੜਾ? ਵਗਦੇ ਪਾਣੀ। ਵਗਦੇ ਪਾਣੀ, ਵਗਦੇ ਪਾਣੀ ਕਾਵਿ ਸੰਗ੍ਰਹਿ ਦੇ ਵਿੱਚ ਕਿਹੜੀ ਕਵਿਤਾ ਅਧੂਰੀ ਛਪੀ ਸੀ? ਇਹ ਆਪਾਂ ਇਹ ਵੀ ਕੀਤਾ ਪ੍ਰਸ਼ਨ। ਆਪਸ਼ਨ ਨੇ ਕੋਹਲੂ, ਹਨੇਰੀ, ਬੁੱਧ ਜੀ, ਅਕਾਲੀ ਨੂੰ। ਜਿਹੜੀ ਕੋਹਲੂ ਸੀ ਨਾ, ਇਸ ਨੂੰ ਤਾਂ ਹਟਾ ਦਿੱਤਾ ਗਿਆ ਸੀ ਨਾ ਪਾਠਕ੍ਰਮ 'ਚੋਂ, ਅਤੇ ਜਿਹੜੀ ਹਨੇਰੀ ਹੈ ਇਸ ਨੂੰ ਵਗਦੇ ਪਾਣੀ ਕਾਵਿ ਸੰਗ੍ਰਹਿ ਦੇ ਵਿੱਚ ਅਧੂਰਾ ਛਾਪਿਆ ਗਿਆ ਸੀ, ਅਤੇ ਬਾਅਦ ਵਿੱਚ ਪੂਰਨ ਤੌਰ 'ਤੇ ਮੱਲਿਆਂ ਦੇ ਬੇਰ ਵਿੱਚ ਛਾਪਿਆ ਗਿਆ ਸੀ। ਬੁੱਧ ਜੀ ਨੂੰ ਜਿਹੜੀ ਹੈ ਇਹ ਕਵਿਤਾ ਹੈ ਪ੍ਰਸ਼ਨਮੂਲਕ ਸ਼ੈਲੀ ਦੇ ਵਿੱਚ, ਪ੍ਰਸ਼ਨਮੂਲਕ। ਨੈਕਸਟ ਹੈ, ਕਿਹੜੀ ਕਵਿਤਾ ਵਗਦੇ ਪਾਣੀ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਹੈ? ਹੁਣ ਆਪਸ਼ਨ ਤੁਹਾਡੇ ਸਾਹਮਣੇ ਨੇ, ਬਾਜ਼ੀਗਰ, ਨਵਾਂ ਮਜ਼ਹਬ ਜਾਂ ਕੋਹਲੂ, ਇਹ ਸਾਰੀਆਂ, ਇਹ ਵਗਦੇ ਪਾਣੀ ਦੇ ਵਿੱਚ ਸਾਰੀਆਂ ਹੀ ਦਰਜ ਨੇ। ਬਾਜ਼ੀਗਰ ਵੀ ਹੈ, ਨਵਾਂ ਮਜ਼ਹਬ ਵੀ, ਅਤੇ ਹੋਰ ਕਿਹੜੀ ਹੈ, ਕੋਹਲੂ ਵੀ ਹੈ। ਇੱਕ ਹੋਰ ਵੀ ਕਵਿਤਾ ਇਹਦੇ ਵਿੱਚ, ਪੁਕਾਰ ਮੇਰੇ ਰੱਬ ਦੀ, ਅਤੇ ਇੱਕ ਇਸਤਰੀ ਨੂੰ, ਇਹ ਵੀ ਕਵਿਤਾ ਇਹਦੀ ਹੈ, ਇਹਦੇ ਵਿੱਚ ਹੀ ਦਰਜ ਹੈ। ਪੁਕਾਰ ਮੇਰੇ ਰੱਬ ਦੀ, ਇਹ ਵੀ ਇਹਦੇ ਵਿੱਚ ਦਰਜ ਹੈ।
ਇਹ ਮਹੱਤਵਪੂਰਨ ਕਵਿਤਾਵਾਂ ਵੀ ਨੇ। ਦੋਸਤੋ ਇੱਥੇ ਤੱਕ ਹੀ ਸੀ ਅੱਜ ਦਾ ਵੀਡੀਓ। ਜੇਕਰ ਵੀਡੀਓ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਆਪਣੇ ਸਬਸਕ੍ਰਾਈਬ ਕਰ ਲਿਓ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਥੈਂਕ ਯੂ।